ਵਿਧਾਨਸਭਾ ਚੋਣਾਂ ਨੂੰ ਲੈ ਕੇ ਹਰ ਰਾਜਨੀਤਿਕ ਪਾਰਟੀ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਪਿੰਡ ਤੁਗਲਵਾਲ ਵਿੱਚ ਐਸਜੀਪੀਸੀ ਮੈਂਬਰ ਸਰਜੀਤ ਸਿੰਘ ਤੁਗਲਵਾਲ ਦੀ ਅਗਵਾਈ ਦੇ ਵਿੱਚ 100 ਦੇ ਕਰੀਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ। ਇਸ ਮੌਕੇ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਸੁਰਜੀਤ ਸਿੰਘ ਤੁਗਲਵਾਲ ਨੇ ਕਿਹਾ ਕਿ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ। ਉਹਨਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਸਮੁੱਚਾ ਵਰਗ ਕਾਂਗਰਸ ਸਰਕਾਰ ਦੇ ਖਿਲਾਫ਼ ਹੈ ਅਤੇ ਕਾਂਗਰਸ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੋਂ ਵੀ ਭੱਜ ਚੁੱਕੀ ਹੈ। ਇਸ ਲਈ ਲੋਕ ਹੁਣ ਕਾਂਗਰਸ ਪਾਰਟੀ ਨੂੰ ਨਕਾਰ ਚੁੱਕੇ ਨੇ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵੀ ਕੋਈ ਆਧਾਰ ਨਹੀਂ ਹੈ, ਜਿਸ ਕਰਕੇ ਲੋਕ ਹੁਣ ਸਮਝ ਚੁੱਕੇ ਹਨ ਕਿ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਆਪਣੀ ਪਾਰਟੀ ਹੈ। ਇਸ ਲਈ ਲੋਕ ਵੱਡੀ ਗਿਣਤੀ ਵਿੱਚ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ। ਉਹਨਾਂ ਕਿਹਾ ਕਿ ਅੱਜ ਪਿੰਡ ਤੁਗਲਵਾਲ ਵਿੱਚ 100 ਦੇ ਕਰੀਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ, ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਉਹਨਾਂ ਕਿਹਾ ਕਿ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਪਾਰਟੀ ਵਿੱਚ ਬਣਨ ਦਾ ਮਾਣ ਸਨਮਾਨ ਦਿੱਤਾ ਜਾਵੇਗਾ, ਨਾਲ ਹੀ ਕਿਹਾ ਕਿ ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ। ਤੁਗਲਵਾਲਾ ਪਿੰਡ ਦੇ 120 ਪਰਿਵਾਰ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੇ ਇੱਥੇ ਅੱਜ ਸਰੋਪੇ ਲੈ ਕੇ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ। ਇਹਨਾਂ ਨੇ ਵਚਨ ਕੀਤਾ ਸੀ ਕਿ ਤੁਸੀਂ ਇਕੱਲੇ ਜਾ ਕੇ ਚੰਡੀਗੜ੍ਹ ਅਤੇ ਅਕਾਲੀ ਦਲ 'ਚ ਸ਼ਾਮਲ ਹੋਏ ਹੋ ਅਤੇ ਸਾਨੂੰ ਨਹੀਂ ਕੀਤਾ। ਸਾਡੇ ਮਨ 'ਚ ਉਦੋਂ ਦੀ ਗੱਲ ਇਹ ਹੈਗੀ ਸੀਗੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਤਾਂ ਹੀ ਹੁੰਦੇ ਆ ਜੇ ਪਰਿਵਾਰਾਂ ਦੇ ਪਰਿਵਾਰ ਨਾਲ ਜੋੜੀਏ, ਅਤੇ ਸਾਡੇ ਇਹ ਵੀ ਮਨ ਸੀ ਵੀ ਆਪਣੇ ਹਲਕੇ ਵਿੱਚ ਆਪਣੇ ਪਿੰਡ ਵਿੱਚ ਇਹ ਗੱਲ ਕੀਤੀ ਜਾਏ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ, ਸੁਨੇਹਾ ਜਾਵੇ, ਲਾਗਲੇ ਪਿੰਡਾਂ ਵਾਲੇ ਵੀ ਇੱਦਾਂ ਸੱਦ ਸੱਦ ਕੇ ਸਾਨੂੰ ਅਕਾਲੀ ਦਲ ਸ਼ਾਮਲ ਹੋਣ ਤਾਂ ਕਿ ਆਉਣ ਵਾਲੀਆਂ 22 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ ਵਿੱਚ ਜਿੱਤ ਜਿਹੜੀ ਆ ਯਕੀਨੀ ਜਿਹੜੀ ਉਹ ਬਣਾਈ ਜਾ ਸਕੇ। ਟਿਕਟ ਸਾਨੂੰ ਸਾਡਾ ਦਊਗਾ ਲੀਡਰ ਅਤੇ ਅਸੀਂ ਜ਼ਰੂਰ ਲੜਾਂਗੇ, ਜਿੱਤਾਂਗੇ, ਦਾਅਵਾ ਸਾਡਾ ਪੱਕਾ ਹੀ ਪੱਕਾ ਵਾ, ਕਿਉਂਕਿ ਲੋਕ ਸਾਨੂੰ ਚਾਹੁੰਦੇ ਨੇ, ਅਸੀਂ ਲੋਕਾਂ ਦੇ ਨਾਲ ਰਲ ਕੇ ਚੱਲਦੇ ਹਾਂ, ਇਸ ਕਰਕੇ ਸਾਡਾ ਦਾਅਵਾ ਹੈ। ਜੇ ਪਰ ਜਿਹਨੂੰ ਵੀ ਟਿਕਟ ਦੇ ਦੇਣਗੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਿਨੂ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਜੀ ਸਾਡੇ ਲੀਡਰ ਨੇ, ਜਿਹਨੂੰ ਟਿਕਟ ਦੇ ਦੇਣਗੇ ਉਹਦੀ ਅਸੀਂ ਮਦਦ ਕਰਾਂਗੇ, ਅਕਾਲੀ ਦਲ ਨੂੰ ਜਿਤਾਵਾਂਗੇ, ਸਰਕਾਰ ਸੁਖਬੀਰ ਸਿੰਘ ਬਾਦਲ ਜੀ ਹੋਰਾਂ ਦੀ ਬਣਾਵਾਂਗੇ। 120 ਪਰਿਵਾਰ ਸਿਰਫ ਤੁਗਲਵਾਲਾ ਦੇ, ਪਰ ਮੈਂ ਰੋਜ਼ ਅਸੀਂ ਮੀਟਿੰਗਾਂ ਰੱਖ ਕੇ ਬਾਹਰਲੇ ਪਿੰਡਾਂ ਵਿੱਚ, ਅਸੀਂ ਇਸੇ ਕਰਕੇ ਬਾਹਰਲੇ ਜਿਹੜੇ ਸੱਜਣ ਨੇ ਸਾਡੇ ਪੁਰਾਣੇ ਵਰਕਰ ਨੇ ਸਾਡੇ ਮਿੱਤਰ ਨੇ ਸਾਥੀ ਨੇ ਜਿਹੜੇ ਅਸੀਂ ਲੜਾਈਆਂ ਜੰਗਾਂ ਜੇਲ੍ਹਾਂ ਕੱਟਦੇ ਰਹੇ ਹਾਂ, ਉਹ ਸਾਰਿਆਂ ਨੇ ਇਹ ਨੂੰ ਇਕੱਠਿਆਂ ਕਰਕੇ ਇਹ ਮਨ ਬਣਾਇਆ ਕਿ ਹਰ ਪਿੰਡ ਵਿੱਚ ਜਿਹੜੀ ਹੈ ਜਿਹੜੀ ਗੱਲ ਹੈ ਉਹਨੂੰ ਚਲਾਇਆ ਜਾ ਸਕੇ, ਭਾਵੇਂ ਕਿਤੇ 50 ਪੈਣ ਕਿਤੇ 20 ਪੈਣ। ਮੈਂ ਸਮਝਣਾ ਆਉਣ ਵਾਲੇ ਸਮੇਂ ਵਿੱਚ ਅਸੀਂ ਮਹੀਨੇ ਦੋਵਾਂ ਮਹੀਨਿਆਂ ਵਿੱਚ ਆਪਣੇ ਹਲਕੇ ਵਿੱਚ ਇਸ ਇਲਾਕੇ ਵਿੱਚ ਬਹੁਤ ਸਾਰੀ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੱਥ ਮਜ਼ਬੂਤ ਕਰਾਂਗੇ, ਸਰਦਾਰ ਬਿਕਰਮ ਜੀ ਸਿੰਘ ਮਜੀਠੀਆ ਦਾ ਹੱਥ ਮਜ਼ਬੂਤ ਕਰਾਂਗੇ, ਉਹਦਾ ਨਾਂ ਮਾਝੇ ਦਾ ਉੱਚਾ ਕਰਾਂਗੇ। ਪਾਰਟੀ ਦੇ ਵਿੱਚ ਆਏ ਆ, ਸਾਨੂੰ ਸੇਖਵਾ ਸਾਹਿਬ ਨੇ ਧੱਕੇ ਮਾਰ ਮਾਰ ਕੇ ਪਾਰਟੀ 'ਚੋਂ ਬਾਹਰ ਕੀਤਾ ਸੀ। ਉਦੋਂ ਸਾਡਾ ਵਸ ਨਹੀਂ ਸੀ ਚੱਲਦਾ, ਸਾਡਾ ਕਾਂਗਰਸ ਜਾਣ ਨੂੰ ਜੀ ਨਹੀਂ ਕਰਦਾ। ਸਾਡੇ ਬਜ਼ੁਰਗ ਜਿਹੜੇ ਆ ਅਮਰਧਾਰੀ ਸਿੰਘ, ਉਹਨਾਂ ਨੇ ਕਾਂਗਰਸ ਦਾ ਬਟਨ ਦਬਾਉਣ ਚਾਹੁੰਦੇ ਨਹੀਂ, ਪਰ ਅਸੀਂ ਧੱਕੇ ਨਾਲ ਮਤਲਬ ਸਾਨੂੰ ਉੱਥੇ ਘਲਾਇਆ ਗਿਆ। ਹੁਣ ਅਸੀਂ ਆਪਣੀ ਮਾਂ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਾਂ। 100-150 ਪਰਿਵਾਰ ਸਾਡੇ ਪਿੰਡ ਦਾ ਤੁਗਲਵਾਲੇ ਦਾ ਅਤੇ ਬਾਕੀ ਪਿੰਡਾਂ ਦੇ ਵਿੱਚ ਅਸੀਂ ਇਕੱਠ ਕਰਕੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਨਾਲ ਇਕੱਠੇ ਕਰਕੇ ਅਤੇ ਸੁਖਬੀਰ ਸਿੰਘ ਬਾਦਲ ਦਾ ਅਸੀਂ ਨਾਂ ਉੱਚਾ ਕਰਾਂਗੇ ਅਤੇ ਸਰਦਾਰ ਸੁਰਜੀਤ ਸਿੰਘ ਤੁਗਲਵਾਲ ਦੇ ਇਹਨਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਆ ਅਤੇ ਤਗੜੇ ਹੋ ਕੇ ਇਹਨਾਂ ਦੀ ਮਦਦ ਕਰਾਂਗੇ। ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।